पहले नजर डालते हैं अब तक की बुलेटिन जी बिल्कुल आंखों में रोशन मुस्तकबिल का ख्वाब सजाए बिहाड़ी के नवाही इलाके 126 सौ छब्बीस डब्ल्यू बी गढ़ा मोड़ का रैशी मोहम्मद नईम भी उन बदनसीबों में शामिल है जो यूनान कश्ती हादसे में जाँ बक हो गया जिसका ना कोई सुराख मिला ना ही लाश मिली गम से नढाल उसके वालदे ने आज अपने बेटे को मरहूम मानते हुए उसके रूह के असाल स्वाब के लिए कुरान खानी का एहतमाम किया नईम गुजर ने अपने घर वालों की खुशहाली का ख्वाब लिए तीन जून को अपने कज़न जो गुजरात का रहशी था जो खुद भी हादसे का शिकार हो गया के साथ ਤਰਮਾਨਾ ਹੁਆ ਜਿਨਕਾ ਆਪਣੇ ਵਲਦੈਨ ਸੇ ਆਖਰੀ ਬਾਰ 9 ਜੂਨ ਕੋ ਰਾਬਤਾ ਹੁਆ ਲੇਕਿਨ ਇਸਕੇ ਬਾਦ ਕੋਈ ਰਾਬਤਾ ਨਾ ਹੋ ਸਕਾ किस्मत नईम के वालद ने कहा कि मेरा बेटा तो घर से पैसे कमाने गया था हमने एजेंट को लाखों रुपए अदा किए लेकिन हम क्या जानते थे कि हम अपने बेटे को मौत के मुंह में धकेल रहे हैं और वो वापस नहीं आएगा इंसानी समगलिंग में मुलवस नईम गुजर को बरून मुल्क भेजने वाला मरकजी मुलजम ममताज अराई कुछ रोज़ कबल गड़म और पुलिस ने गिरफ्तार किया था जो एफ आई ए पुलिस ਬੇਟਾ ਮੇਰਾ ਮੁਹੰਮਦ ਨਈਮ ਇਥੋਂ ਲੌਰੋਂ ਬੈਠਾ ਪੰਜਵੇਂ ਮਹੀਨੇ ਦੀ 3 ਤਰੀਕ ਨੂੰ ਕਰਾਚੀ ਗਿਆ ਅਗੋਂ ਦੁਬਈ ਗਿਆ ਮਿਸਰ ਗਿਆ ਮਿਸਰ ਤੋਂ ਲੇਬੀਆ ਗਿਆ ਫੇਰ ਉਹ ਸਾਡਾ ਉਹਦੇ ਨਾਲ ਰਾਬਤਾ ਹੁੰਦਾ ਰਿਹਾ ਠੀਕ ਠਾਕ ਰਿਹਾ तकरीबन ਹਰ ਰੋਜ਼ ਨਹੀਂ ਕਿ ਦੂਸਰੇ ਦਿਨ ਰਾਬਤਾ ਹੁੰਦਾ ਰਿਹਾ ਅਗੋਂ 9 ਤਰੀਕ ਨੂੰ ਉਸਨੇ ਜੁਮੇ ਵਾਲੇ ਦਿਨ ਇਹ ਸਵੇਰ ਸਾਜਰੇ ਮੈਸੇਜ ਕੀਤਾ ਕਿ ਮੈਂ ਸ਼ਿਪ 'ਚ ਬੈ ਗਿਆ ਤੇ ਉਸਦੇ ਬਾਅਦ ਫਿਰ ਸਾਡਾ ਉਹਦਾ رابطہ ਨਹੀਂ ਹੋਇਆ ਤੇ ਉਹ ਇਸ ਸਾਨੇ ਦੇ ਵਿੱਚ ਜਿਹੜਾ ਉਹਨੂੰ ਜਰਾ ਤੂ ਸਾਰਾ ਪਤਾ ਸਾਡਾ ਬੰਦਾ ਜੁਨਾਨ ਵੀ ਗਿਆ ਬਾਡੀਆਂ ਵੇਖਣ ਉਤ ਪਤਾ ਕਰਨ ਸਾਨੂੰ ਕੋਈ ਮਲੂਮਾਤ ਨਹੀਂ ਲੱਭੀ ਤੇ ਅਸੀਂ ਇਹ ਸਮਝਿਆ ਵੀ ਇਹ ਹੁਣ ਅੱਲਾ ਦਾ ਅਗਰ ਹੋ ਗਿਆ ਤੁਹਾਡੇ ਬੱਚੇ ਦੇ ਨਾਲ ਕੋਈ ਹੋਰ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਬੰਦਾ ਮੌਜੂਦ ਹੈ ਜੀ ਇਹ ਸਾਡੇ ਦੋਨੇ ਮੇਰਾ ਇੱਕ ਇਹ ਬੱਚਾ ਇੱਕੀ ਦਾ ਨਾਲ ਕਜ਼ਨ ਆ ਉਹਦੇ ਪਿਓ ਦੇ ਨਾਮ ਮਦਰਸ ਹੈ ਨਾ ਮੇਰੀ ਉਹ ਫੁੱਫੀ ਦਾ ਪੁੱਤਰ ਲੱਗਦਾ ਜਿਹਦਾ ਉਹ ਪੁੱਤਰ ਹੈ ਉਹਦਾ ਨਾਮ ਪਠਾਣੇ ਖਾਂ ਵਲ ਮਦਰਸ ਹੈ ਇਹ ਦੋ ਮੁੰਏ ਬੱਚੇ ਤੇ ਇਹ ਹੀ ਸਾਥ ਸੇ ਜੀ ਤੁਹਾਨੂੰ ਕਿਸੇ ਜਗ੍ਹਾ ਤੋਂ ਕੋਈ ਮੁਸਦਕਾ ਇਤਲਾ ਮਿਲੀ ਹੈ ਤੁਹਾਨੂੰ ਕੋ ਬਕਾਇਦਾ ਤੌਰ ਤੇ ਕੋਈ ਇਤਲਾ ਦਿੱਤੀ ਗਈ ਹੈ ਕਿ ਬੱਚੇ ਤੁਹਾਡੇ ਦਾ ਮਤਲਬ ਹੈ ਕਿ ਕੋਈ ਜੇ ਸਾਡੇ ਸਾਡਾ ਇੱਕ ਬੰਦਾ ਯੂਨਾਨ ਹੁੰਦਾ ਮੇਰਾ ਮੇਰਾ ਉਹ ਕਜ਼ਨ ਹੈ ਮਾਮੇ ਦਾ ਪੁੱਤਰ ਹੈ ਉਹ ਉੱਥੇ ਗਿਆ ਉਹਨੇ ਉੱਥੇ ਤਲਾਸ਼ੀ ਸਾਰੀ ਕੀਤੀ ਹੈ ਮੀਡੀਆ ਕੋਲੋਂ ਪੁੱਛੇ ਡੈਡ ਬਾਡੀ ਚੈੱਕ ਕੀਤੀਆਂ ਉਸ ਦੇ ਬਾਅਦ ਉਹਨੇ ਇਤਲਾ ਕੀਤੀ ਕਿ ਲਾਲਾਏ ਸਾਡੇ ਹਿੱਸੇ ਦਾ ਅਬ ਇਹ ਬੱਚੇ ਨਹੀਂ ਡੈਡ ਬਾਡੀ ਨਹੀਂ ਮਿਲੇਗੀ ਡੈਡ ਬਾਡੀ ਨਹੀਂ ਮਿਲੇਗੀ ਜੀ ਜੀ ਤੁਹਾਡਾ ਕੋ ਹਕੂਮਤ ਨਾਲ ਕੋ ਮਤਲਬਾ ਕੋ ਗਲ ਬਾਤ ਕੋ ਇਸ ਬਾਰੇ ਕੋ ਨਹੀਂ ਜੀ ਇਹਦੇ ਚ ਹੁਣ ਹਕੂਮਤ ਸ਼ੋਦੀ ਦਾ ਕਿਹੜਾ ਕਸੂਰ ਹੈ ਉਹ ਹਕੂਮਤ ਨੇ ਸਾਨੂੰ ਹੁਕਮ ਨਹੀਂ ਦਿੱਤਾ ਵਾ ਜ਼ਰੂਰ ਟੋਰੋ ਅਸੀਂ ਆਪਣੀ ਵਜ੍ਹਾ ਨਾਲ ਆ ਰੋਟੀ ਰੋਜ਼ੀ ਵਾਸਤੇ ਰੋਜ਼ੀ ਦੀ ਤਲਾਸ਼ ਵਾਸਤੇ ਨਿਕਲਿਆ ਤੇ ਸਾਡੀ ਹਕੂਮਤ ਨਾਲ ਇਹ ਗੱਲ ਹੈ ਕਿ ਅਗਰ ਉਹ ਅਸੀਂ ਵੀ ਪਤਾ ਕਰਨੇ ਅਗਰ ਉਹਨਾਂ ਨੂੰ ਕੋਈ ਪਤਾ ਲੱਗ ਜਾਏ ਡੀਐਨਏ ਟੈਸਟ ਦੇ ਮੁਤਾਬਕ ਤੇ ਸਾਨੂੰ ਲਾਜ ਲੱਭ ਜਾ ਸਾਡਾ ਹੋਰ ਥੋੜਾ ਜਿਹਾ ਦੁੱਖ ਜਿਹੜਾ ਘਟ ਜਾਏ ਨਾ ਹੋਰ ਸਾਡਾ ਹਕੂਮਤ ਨਾਲ ਇਹਦੇ ਚ ਹਕੂਮਤ ਦਾ ਕਿਹੜਾ ਕਸੂਰ ਹੈ ਜੀ ਜੀ ਕਿਸੇ ਸਰਕਾਰੀ ਅਫਸਰ ਤੋਂ ਜਾਣੜਾ ਵਾਰਦਾਤ ਨਹੀਂ ਕੀਤੀ। بڑا ਜਾਂ ਦੂਸਰਾ ਬੱਚਾ ਸੀ ਉਹਦੀ ਡੈੱਡ ਬਡੀ ਮਿਲੀ ਕੋਈ ਨਾ। ਕੋਈ ਨਹੀਂ ਮਿਲੀ। ਦੋਹਾਂ ਦੀ ਨਹੀਂ ਮਿਲੀ ਸਰ। ਠੀਕ।